ਜਲਾ ਮਾਜਰਾ ਜੀ ਜੁਲਾਮਾ ਜਲਾ ਮਾਜਰਾ ਜੀ ਜਲਾ ਮਾਜਰਾ ਹਾਂ ਜੀ ਹਾਂ ਜੀ ਨਹੀਂ ਤੇ ਤੁਹਾਡਾ ਘਰ ਬਾਰ ਕੋਈ ਨਹੀਂ ਘਰ ਬਾਰ ਆਪਣਾ ਕੋਈ ਨਹੀਂ ਹੈਗਾ ਤੇ ਬੱਚੇ ਬੁੱਚੇ ਉਹ ਦੱਸਿਆ ਵੀ ਗੁੱਡੀ ਇੱਕ ਅੱਛਾ ਕਿ ਗੁੱਡੀ ਹੈ ਹਾਂ ਤੇ ਗੁੱਡੀਆ ਘਰ ਨਹੀਂ ਪਤਾ ਤੁਹਾਨੂੰ ਹਾਂ ਪਤਾ ਘਰ ਪਤਾ ਅੱਛਾ ਜਾਣ ਨੂੰ ਕਰਾਇਆ ਨਹੀਂ ਕਰਾਇਆ ਨਹੀਂ ਚਲੋ ਕੋਈ ਨਹੀਂ ਤੁਹਾਡਾ ਕਿਰਾਇਆ ਦਾ ਕਰ ਦਿੰਨੇ ਹੋਰ ਦੱਸੋ ਅੱਛਾ ਜੀ ਜੀਰਕਪੁਰ ਜਾਣਾ ਤੁਸੀਂ ਹਾਂ ਜੀ ਤੁਹਾਨੂੰ ਜੀਰਕਪੁਰ ਪਹੁੰਚਾ ਦਿੰਨੇ ਆ ਹੋਰ ਫੇਰ ਤਾਂ ਧੰਨਵਾਦ ਆ ਜੀ ਬਹੁਤ ਵਧੀਆ ਜੇ ਕੁੜੀ ਸਾਂਭੂਗੀ ਤਾਂ ਜਾਇਓ ਤੇ ਉਧਰ ਨਾ ਜਾਇਓ ਕੁੜੀ ਸਾਂਭੂਗੀ ਕੁੜੀ ਦਾ ਸਾਂਭੀ ਆ ਤੇ ਫਿਰ ਤੁਸੀਂ ਇੱਧਰ ਕਿਉਂ ਫਿਰਦੇ ਹੋ ਇੱਧਰ ਤਾਂ ਮੈਂ ਕਿਰਾਇਆ ਨਹੀਂ ਕੋਈ ਕੁੜੀ ਦਾ ਨੰਬਰ ਨਹੀਂ ਹੈਗਾ ਨੰਬਰ ਨਹੀਂ ਹੈਗਾ ਨੰਬਰ ਡੈਰੀ ਸੀ ਜੋ ਤੇ ਲਿਖਿਆ ਹੈ ਜੀ ਅੱਛਾ ਡੈਰੀ ਕਿਤੇ ਗੁਰਪੀ ਹੈ ਜੀ ਨਾਮ ਕੀ ਤੁਹਾਡਾ ਨਾ ਲਾਲ ਸਿੰਘ ਹੈ ਭਾਈ ਲਾਲ ਸਿੰਘ ਵਾਹ ਜੀ ਵਾਹ ਤੁਸੀਂ ਕਹਿੰਦੇ ਵੀ ਤੁਸੀਂ ਜਾਣਦੇ ਹੋ ਹਾਂ ਜੀ ਤੁਹਾਡੀ ਤੁਸੀਂ ਮੈਨੂੰ ਕਿਹਾ ਨਾ ਵੀ ਤੁਸੀਂ ਮੈਨੂੰ ਜਾਣਦੇ ਹੋ ਮੈਂ ਜਦੋਂ ਫਤਿਹ ਬੁਲਾਈ ਹਾਂ ਤੁਹਾਡੀ ਪਛਾਣ ਹੈ ਆ ਸ਼੍ਰੀ ਸਾਹਿਬ ਤੁਸੀਂ ਸਿੱਖ ਗੁਰੂ ਦੇ ਠੀਕ ਹੈ ਠੀਕ ਹੈ ਨਾ ਚੜ੍ਹਦੀ ਕਲਾ ਠੀਕ ਹੈ ਜੀ ਤੇ ਤੁਹਾਡੇ ਚਰਨਾਂ 'ਚ ਸਿਰ ਝੁਕਦਾ ਤੁਸੀਂ ਬਜ਼ੁਰਗ ਹੋ ਗੁਰੂ ਦੇ ਸਿੱਖ ਹੋ ਇਹੀ ਤੁਹਾਡੀ ਪਛਾਣ ਹੈ ਠੀਕ ਹੈ ਜੀ ਇਸੇ ਨੇ ਮੈਨੂੰ ਤੁਹਾਨੂੰ ਪੁੱਛਣ ਲਈ ਮਜਬੂਰ ਕੀਤਾ ਠੀਕ ਹੈ ਜੀ ਵੀ ਬਾਬਾ ਜੀ ਸਮਾਨ ਚੱਕਿਆ ਕਿੱਧਰ ਨੂੰ ਜਾਂਦੇ ਆ ਬਸ ਇੱਕ ਨੇ ਆ ਜੀ ਆ ਬਾਬਾ ਜੀ ਨੇ ਸਮਾਨ ਚੱਕਿਆ ਹੋਇਆ ਨਾਲ ਘਰੋਂ ਬੇਕਰ ਨੇ ਕਹਿੰਦੇ ਘਰ ਬਾਰ ਕੋਈ ਨਹੀਂ ਤੇ ਔਲਾਦ ਮੁੰਡਾ ਮੁੰਡਾ ਵੀ ਕੋਈ ਨਹੀਂ ਤੇ ਕੁੜੀ ਦਾ ਘਰ ਜਿਰਕਪੁਰ 'ਚ ਹੈ ਇਹਨਾਂ ਦਾ ਤੇ ਆਪਾਂ ਇਹਨਾਂ ਨੂੰ ਪਹੁੰਚਾਉਣਾ ਤੇ ਪਹਿਲੇ ਆਪਾਂ ਇਹਨਾਂ ਨੂੰ ਕੁਝ ਖਵਾਵਾਂਗੇ ਤੇ ਵੀ ਸੇਵਾ ਸੁਵਾ ਕਰੀਏ ਇਹਨਾਂ ਦੀ ਫਿਰ ਇਹਨਾਂ ਨੂੰ ਜਿਰਕਪੁਰ ਜੂ ਪਹੁੰਚਾਉਣਾ ਸਾਡਾ ਕੰਮ ਅੱਜ ਤੇ ਬਾਬੀ ਨਾਮ ਦੱਸਿਆ ਤੁਹਾਡਾ ਨਾਮ ਤੁਹਾਡਾ ਭੁੱਲ ਗਿਆ ਲਾਲ ਸਿੰਘ ਲਾਲ ਸਿੰਘ ਠੀਕ ਹੈ ਜੀ ਤੇ ਜਿਰਕਪੁਰ ਤੋਂ ਕੋਈ ਵੀਰ ਹੈਗਾ ਤੇ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਦੀ ਬੇਟੀ ਤੱਕ ਪਹੁੰਚ ਜਾਵੇ ਤੁਹਾਡੀ ਉੱਥੇ ਬੇਟੀ ਜਵਾਈ ਕੀ ਕਰਦਾ ਜਵਾਈ ਦਾ ਫੌਜ ਚ ਆ ਜੀ ਫੌਜ ਵਿੱਚ ਹੈ ਸੂਬੇ ਦਾ ਰਮੇਜਰ ਹੈ ਹਾਂ ਤੇ ਮੇਰੀ ਗੱਲ ਸੁਣੋ ਸਾਡੇ ਕੋਲ ਤਰੀਕੇ ਇੱਕ ਹੋਰ ਇੱਥੇ ਆਸ਼ਰਮ ਵੀ ਹੈਗਾ ਉਹ ਰੱਖ ਲੈਂਦੇ ਨੇ ਜੇ ਤੁਹਾਡੀ ਕੁੜੀ ਸਾਂਭੂਗੀ ਫਿਰ ਕੁੜੀ ਕੋ ਜਾਇਓ ਨਾ ਸਾਂਭੂਗੀ ਸਾਂਭੂਗੀ ਫਿਰ ਠੀਕ ਹੈ ਫਿਰ ਤੁਹਾਡੀ ਕੁੜੀ ਕੋ ਪਹੁੰਚਾ ਦਿੰਨੇ ਆ ਠੀਕ ਹੈ ਨਾ ਕਈ ਵਾਰੀ ਹੁੰਦਾ ਵੀ ਬੱਚਾ ਸਾਂਭਦਾ ਨਹੀਂ ਮੈਂ ਆਪਾਂ ਤੁਸੀਂ ਉੱਥੇ ਜਾਓ ਸਾਂਭੂਗੀ ਬਾ ਠੀਕ ਹੈ ਜੀ ਸੱਦਦੀ ਹੈ ਕਹਿੰਦੀ ਉਰੇ ਆ ਜਾ ਤੇ ਵੀਰੇ ਬਾਬਾ ਜੀ ਨੂੰ ਬਰਗਰ ਖਵਾ ਪੈਸੇ ਮੈਂ ਦਿੰਨਾ ਠੀਕ ਹੈ ਹਾਂ ਮਾਮਾ ਨੂੰ ਕਹਿਤਾ ਤੇ ਚਾਹ ਪੀਣੀ ਬਾਬਾ ਜੀ ਚਾਹ ਵੀ ਬਣਾ ਦਿੰਨੇ ਆ ਚਾਹ ਮੰਗਾ ਜਾ ਆ ਲੈ ਬਾਈ ਚਾਹ ਲੈ ਕੇ ਸਾਹਮਣੇ ਆ ਫੜੀ ਪੰਜ ਕੱਪ ਚਾਹ ਦੇ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਾਬਾ ਬਲਕਰ ਵਾਲਾ ਤੇ ਵੀਡੀਓ ਤੁਸੀਂ ਦੇਖੋ ਬਾਬਾ ਜੀ ਪੈਦਲ ਤੁਰੇ ਜਾਂਦੇ ਸੀ ਬਹੁਤ ਭਾਰਾ ਸਮਾਨ ਚੱਕਿਆ ਹੋਇਆ ਤੇ ਜਦੋਂ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਕਿੱਧਰ ਚੱਲੇ ਹੋ ਬਾਬਾ ਜੀ ਕਹਿੰਦੇ ਮੈਂ ਘਰੋਂ ਬੇਘਰ ਹਾਂ ਵੀ ਮੇਰਾ ਮੁੰਡਾ ਮੁੰਡਾ ਕੋਈ ਨਹੀਂ ਘਰ ਬਾਰ ਵੀ ਹੈ ਨਹੀਂ ਜੁਲਾਹ ਮਾਜਰਾ ਪਿੰਡ ਦੇ ਦੱਸਦੇ ਆ ਹੋ ਸਕਦਾ ਪਹਿਲੇ ਕਿਰਾਏ ਤੇ ਰਹਿੰਦੇ ਹੁਣ ਕਿਤੇ ਹੈ ਨਾ ਉਹ ਵੀ ਮਕਾਨ ਛੁੱਟ ਗਿਆ ਹੋਵੇ ਜਾਂ ਕੋਈ ਹੋਰ ਸ਼ਰੀਕਿਆਂ ਛੁੱਕਿਆਂ ਵੱਲੋਂ ਕਈ ਵਾਰੀ ਦੱਬ ਦੁੱਬ ਲਿਆ ਜਾਂਦਾ ਕੋਈ ਵੀ ਗੱਲ ਹੋ ਸਕਦੀ ਸਾਨੂੰ ਪਤਾ ਨਹੀਂ ਹੈ ਉਸ ਗੱਲ ਕੀ ਹੈ ਲੇਕਿਨ ਬਾਬਾ ਜੀ ਕਹਿੰਦੇ ਵੀ ਮੈਂ ਇੱਥੇ ਸੜਕਾਂ 'ਤੇ ਫਿਰਦਾ ਵਾਂ ਮੈਨੂੰ ਗੁੱਡੀ ਦਾ ਨੰਬਰ ਨਹੀਂ ਹੈਗਾ ਮੇਰੇ ਕੋਲ ਅਤੇ ਚੰਡੀਗੜ੍ਹ ਮੈਨੂੰ ਪਤਾ ਨਹੀਂ ਕਿੱਧਰ ਨੂੰ ਹੈ ਅਤੇ ਮੇਰੇ ਕੋਲ ਕਿਰਾਇਆ ਨਹੀਂ ਹੈਗਾ ਅਤੇ ਆਪਾਂ ਬਾਬਾ ਜੀ ਨੂੰ ਚੰਡੀਗੜ੍ਹ ਛੱਡ ਕੇ ਆਉਣਾ ਕਿਸੇ ਵੀਰ ਨੂੰ ਬੇਨਤੀ ਹੈ ਕਿ ਆਪਣੀ ਗੱਡੀ ਲਿਆਓ ਮੇਰੇ ਤੋਂ ਤੇਲ ਪਵਾ ਲਿਓ ਲੇਕਿਨ ਬਾਬਾ ਜੀ ਨੂੰ ਛੱਡਣ ਜਾਣਾ ਆਪਾਂ ਸੇਵਾ ਲਾਉਣੀ ਹੈ ਠੀਕ ਹੈ ਜੀ ਜਿਹੜੀ ਕਿਸੇ ਵੀਰ ਕੋਲ ਗੱਡੀ ਹੈਗੀ ਆ ਉਹ ਲੈ ਆਓ ਅਤੇ ਆਓ ਆਪਾਂ ਬਾਬਾ ਜੀ ਦੀ ਵੀਡੀਓ ਸੁਣੀਏ ਬਾਬਾ ਜੀ ਦੇ ਭਤੀਜੇ ਜਿਨ੍ਹਾਂ ਨੇ ਬਾਬਾ ਜੀ ਦਾ ਮਕਾਨ ਅਤੇ ਜ਼ਮੀਨ ਦੱਬ ਕੇ ਨਾ 4 ਵਿਘੇ ਜ਼ਮੀਨ ਸੀ ਬਾਬਾ ਜੀ ਦੀ ਅਤੇ ਮਕਾਨ ਸੀ ਉਹ ਭਤੀਜਿਆਂ ਨੇ ਦੱਬ ਲਿਆ ਅਤੇ ਬਾਬਾ ਜੀ ਨੂੰ ਸਾਂਭ ਦੀ ਬਜਾਏ ਘਰੋਂ ਕੱਢਤਾ ਬਾਬਾ ਜੀ ਨੂੰ ਜੁਲਾਹ ਮਾਜਰਾ ਪਿੰਡ ਹੈ ਕਿ ਬਾਬਾ ਜੀ ਭਤੀਜੇ ਦਾ ਨਾਂ ਦੱਸਿਓ ਨਾਜਰ ਰੇਸ਼ਮ ਕੁਲਵੰਤ ਠੀਕ ਹੈ ਜੀ ਤੇ ਕੋਈ ਇਹਨਾਂ ਕੋਲ ਪਿੰਡ 'ਚ ਉਹਦਾ ਤਾਂ ਨਹੀਂ ਹੈਗਾ ਕੋਈ ਕੋਈ ਸਰਪੰਚ ਪੰਚ ਕੋਈ 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 ਨਹੀਂ ਮਦਦ ਕਰਦਾ ਅੱਛਾ ਜੀ ਨਾਜਰ ਰੇਸ਼ਮ ਤੇ ਕੁਲਵੰਤ ਵਿੱਚ ਜੁਲਾਹ ਮਾਜਰੇ ਦੇ ਵਿੱਚ ਨਾਜਰ ਸਿੰਘ ਰੇਸ਼ਮ ਸਿੰਘ ਤੇ ਕੁਲਵੰਤ ਸਿੰਘ ਜਿਹੜੇ ਇਹਨਾਂ ਦੇ ਭਤੀਜੇ ਨੇ ਜਿਨ੍ਹਾਂ ਨੇ ਇਹਨਾਂ ਦੀ ਜ਼ਮੀਨ ਜ਼ਮੂਨ ਦੱਬ ਕੇ ਇਹਨਾਂ ਨੂੰ ਘਰੋਂ ਬੇਘਰ ਕਰਤਾ ਬਾਬਾ ਜੀ ਨੂੰ ਆਹ ਦੇਖ ਲਓ ਬਾਬਾ ਜੀ ਬੋਰੀ 'ਚ ਅਤੇ ਜਿਹੜੇ ਵੀ ਵਾਕਬ ਨੇ ਉਹਨਾਂ ਦੇ ਉਹਨਾਂ ਨੂੰ ਲਾਂਹਦਾ ਪਾਓ ਰੱਜ ਕੇ ਅਤੇ ਸਭ ਤੋਂ ਵੱਧ ਲਾਂਹਦਾ ਤਾਂ ਪਿੰਡ ਦੇ ਸਰਪੰਚ ਨੂੰ ਜਿਹੜਾ ਬਾਬਾ ਜੀ ਨੂੰ ਉੱਥੇ ਵਸਾ ਨਹੀਂ ਸਕਿਆ ਮਦਦ ਨਹੀਂ ਕਰ ਸਕਿਆ ਬਾਬਾ ਜੀ ਦੀ ਕਿਉਂਕਿ ਪਿੰਡ ਦਾ ਸਰਪੰਚ ਜਿਹੜਾ ਹੁੰਦਾ ਨਾ ਉਹ ਰੱਬ ਦਾ ਸਮਾਨ ਹੁੰਦਾ ਅਤੇ ਰੱਬ ਹੀ ਮੂੰਹ ਮੋੜ ਲਵੇ ਜਿਹਦੇ 'ਤੇ ਲੋਕਾਂ ਨੇ ਵਿਸ਼ਵਾਸ ਕੀਤਾ ਵੋਟਾਂ ਪਾ ਕੇ ਅਤੇ ਜੇ ਉਹੀ ਨਾ ਇਹੋ ਜਿਹਾ ਕੋਈ ਨਹੀਂ ਬਾਬਾ ਜੀ ਸਰਪੰਚ ਨੂੰ ਲਾਂਹਦਾ ਪੈਣਗੇ ਜੇ ਨਹੀਂ ਮਦਦ ਕਰਦਾ ਸਰਪੰਚ ਦਾ ਨਾਮ ਦੱਸਿਓ ਹੈਪੀ ਆ ਜੀ ਹੈਪੀ ਦੀ ਮੰਮੀ ਆ ਜਿਹੜੀ ਸਰਪੰਚਣੀ ਹੁਣ ਅੱਛਾ ਹੈਪੀ ਹੈਪੀ ਦੀ ਮੰਮੀ ਸਰਪੰਚਣੀ ਜਿਹੜੀ ਹੈ ਢੰਡਾਰੀ ਵਾਲੇ ਨੇ ਜੀ ਢੰਡਾਰੀ ਵਾਲੇ ਢੰਡਾਰੀ ਅੱਛਾ ਢੰਡਾਰੀ ਵਾਲੇ ਉਹ ਵੀ ਨਹੀਂ ਮਦਦ ਕਰਦੇ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਆਪਾਂ ਪਰਮਾਤਮਾ ਕਿਰਪਾ ਕਰੇ ਤੁਸੀਂ ਸਾਨੂੰ ਮਿਲੇ ਹੋ ਤੇ ਅਸੀਂ ਤੁਹਾਡੇ ਪੁੱਤਰਾਂ ਵਰਗੇ ਹੀ ਹਾਂ ਅਸੀਂ ਕਰਾਂਗੇ ਤੁਹਾਡੀ ਮਦਦ
जिन्ना को हो सके। बाबा जी, बाबा जी, जीरकपुर का एड्रैस दसो की है जी? जीरकपुर च कहड़े मोहल्ले च रहिंदी तुहाडी बेटी? 9 लखा जी। 9 लखा इह हैगा जिथे फौजियां दा कैंप लगे है जीरकपुर मिलिट्री कैंप दे कोल मोहल्ला 9 लखा। बेटी दा की नाम है? गुड्डी होई कहंदे हां जी। अच्छा गुड्डी, ओ पक्का नाम नहीं पता? ना। अच्छा गुड्डी होई कहंदे। किन्नी उम्र है तुहाडी बेटी दी? होई 30-35 साल। 30-35 साल दी होऊगी। अच्छा ते जवाई तुहाडा फौज विच है? हां जी। ਇਹਨਾਂ ਦਾ ਜਿਹੜਾ ਜਵਾਈ ਆ ਉਹ ਮਿਲਟਰੀ ਦਾ ਕੀ ਨਾਮ ਹੈ ਜਵਾਈ ਦਾ? ਕਿਰਪਾਲ ਸਿੰਘ ਆ ਜੀ। ਕਿਰਪਾਲ ਸਿੰਘ, ਕਿਰਪਾਲ ਸਿੰਘ ਫੌਜ ਚ ਨੇ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਇਹਨਾਂ ਦੀ ਬੇਟੀ ਹੈ ਗੁੱਡੀ। ਤੇ ਜੇ ਕੋਈ ਵੀਰ ਜੀਰਕਪੁਰ 9 ਲੱਖਾਂ ਕਲੋਨੀ ਤੋਂ ਹੈਗਾ ਤਾਂ ਉਹ ਕਿਰਪਾ ਕਰਕੇ ਉੱਥੇ ਲੱਭਣ ਦੀ ਕੋਸ਼ਿਸ਼ ਕਰੇ ਤੇ ਮੇਰਾ ਨੰਬਰ ਹੈ 8528-2028-64 8528-2028-64 8528-2028-64। बाकी मेरी कोशिश है कि मैं आप ही जाके बाबा जी ना जीरकपुर तक बस बुस च बिठा के जा किसी तरीके लैके जावा तो छड़ के आवा। तो जे किसी वीर को गड्डी हैगी कार कूर तो लियाओ कि मैं एक्टिवा तो लैके जाऊंगा, ठंड बड़ी है। जे कोई वीर सेवा कर सकता अपनी गड्डी को कार ले आवे बाबा जी उन्होंने जीरकपुर तक छड़ के आइए सेवा लाइए। तो जिन्हों जेड़े किसी वीर नूं गुरु साहिब ने कृपा की कार बख्शी है वह मेरे नाल संपर्क करे मेरे नंबर से ते आपा बाबा जी नूं जीरकपुर तक छड्ड के आईए इन्हां दी बेटी दे घरे क्योंकि बाबा जी सड़क ते रोलन नूं मजबूर ने। इन्हां दा बुढ़ापा आपां सड़क ते नहीं रोलन देना। गुरु साहिब कृपा करन आपदी धी दे घरे इह वधिया 2-4 दिन जिहड़े हैगे उह वधिया कट लैणगे उत्थे। ते फिर मेरी बेनती है कि कोई ना कोई वीर अपनी कार लै के आवे ते बाबा जी नूं आपां जीरकपुर छड्ड के आईए। वाहिगुरू जी का खालसा, वाहिगुरू जी की फतेह।